ਵਿਕਰਮ ਸਿੰਘ ਮਜੀਠੀਆ ਦੀ ਖਟਕੜ ਕਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਆਦਮਕਦ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਸਨ ਤਾਂ ਦੂਸਰੇ ਪਾਸੇ ਚੋਰਾਂ ਨੇ ਕਈ ਅਕਾਲੀ ਵਰਕਰਾਂ ਦੀਆਂ ਜੇਬਾਂ ਕੱਟ ਲਈਆਂ, ਜਿਨ੍ਹਾਂ ਦੇ ਵਿੱਚ ਹਜ਼ਾਰਾਂ ਰੁਪਈਏ ਤੇ ਜ਼ਰੂਰੀ ਕਾਗਜ਼ਾਤ ਸਨ। ਮੌਜੂਦ ਲੋਕਾਂ ਨੇ ਪੁਲਿਸ ਨੂੰ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਫੜ ਕੇ ਦਿੱਤਾ। ਪੁਲਿਸ ਹਾਲੇ ਤੱਕ ਕੁਝ ਵੀ ਕਹਿਣ ਨੂੰ ਤਿਆਰ ਨਹੀਂ। ਕਿਹੜਾ ਪਿੰਡ? ਮਹਾਲੋਂ ਪਿੰਡ ਮਹਾਲੋਂ। ਕੁਲਵੀਰ ਸਿੰਘ, ਅਤੇ ਇੱਥੇ ਕਿੱਦਾਂ ਆਏ ਸੀ ਅੱਜ ਤੁਸੀਂ? ਮੈਂ ਵਿਕਰਮ ਸਿੰਘ ਮੀਠੀ, ਉਹਨੂੰ ਆਏ ਕਰਕੇ ਪਾਰਟੀ ਤੌਰ 'ਤੇ ਆਇਆ ਸੀਗਾ ਜੀ। ਅਤੇ ਜਦੋਂ ਗੇਟ 'ਚ ਅੰਦਰ ਵੜਨ ਲੱਗਿਆ ਜੀ, ਅਤੇ ਬਡੂਆ ਮੇਰਾ ਨਿਕਲ ਗਿਆ, ਮੈਂ ਰੌਲਾ ਪਾਇਆ, ਮੈਂ ਕਿਹਾ ਬਡੂਆ ਨਿਕਲ ਗਿਆ, ਬਡੂਆ ਨਿਕਲ ਗਿਆ, ਮੇਰਾ ਬੰਦਾ ਆਹ ਨਾਲ ਸੀ, ਇਹ ਕਹਿੰਦਾ ਆਹ ਬੰਦਾ ਜਾਂਦਾ ਭੱਜਾ ਇੱਧਰ, ਇਹਦੇ ਮਗਰ ਜਾਂਦੇ ਹਾਂ। ਜਦ ਅਸੀਂ ਗਏ ਤਾਂ ਗੱਡੀ ਦੇ ਮੋਹਰ ਦੀ ਬਡੂਆ ਸੁੱਟ ਕੇ ਐਂ ਘੁੰਮਿਆ, ਇਹਦੇ ਹੱਥ ਕੰਬਦੇ ਸੀ। ਵੀ ਮੈਨੂੰ ਕਹਿੰਦਾ ਤੂੰ ਬਡੂਆ ਦੇਖ, ਮੈਂ ਇਹਦੇ ਮਗਰ ਜਾਂਦਾ। ਇਹ ਅੰਦਰ ਆ ਗਿਆ ਅਤੇ ਮੈਂ ਉੱਥੇ ਬਡੂਆ ਦੇਖਦਾ ਰਿਹਾ, ਮੈਨੂੰ ਪਹਿਲਾਂ ਦਿਸਿਆ ਨਾ, ਫਿਰ ਮੈਂ 3-4 ਬੰਦੇ ਲੈ ਕੇ ਅਤੇ ਗੱਡੀ ਥੱਲੇ ਬਡੂਆ ਪਿਆ, ਉਹ 'ਚੋਂ ਨਾ ਪੈਸਾ ਨਿਕਲਿਆ, ਤੂੰ ਹੱਥ ਨਹੀਂ ਪਿਆ, ਕੋਈ ਚੀਜ਼ ਨਹੀਂ, ਮੇਰੇ ਕਾਗਜ਼ ਵੀ ਸਾਰੇ ਪੂਰੇ ਆ, ਪੈਸੇ ਪੂਰੇ ਆ। ਪੈਸੇ ਕਿੰਨੇ ਸੀ ਉਹਦੇ ਵਿੱਚ? ਮੇਰੇ 3-3200 ਰੁਪਈਆ ਸੀ, ਜੇ 100-200 ਖਰਚਿਆ ਹੋਣਾ। ਅਤੇ ਤੁਸੀਂ ਕਿੱਥੋਂ ਚੱਲ ਕੇ ਆ ਰਹੇ ਸੀ ਨਾਲ? ਅਸੀਂ ਮਹਾਲੋਂ ਤੋਂ ਚੱਲੇ ਭਾਈ। ਆਹ ਮਹਾਲ ਨਵੇਂ ਸ਼ਹਿਰ ਦੇ ਭਾਈ, ਅਸੀਂ ਜਾੜੇ ਦੀ ਕੋਠੀ ਤੋਂ ਆਏ ਹਾਂ। ਅੱਛਾ, ਉਦੋਂ ਨਾਲ ਜੁੜੇ। ਹਾਂਜੀ। ਇਹ ਬੰਦਾ ਤੁਹਾਨੂੰ ਕਿੱਥੇ ਮਿਲਿਆ? ਇਹ ਤਾਂ ਇੱਥੇ ਗੇਟ 'ਚ। ਪਹਿਲਾਂ ਹੋਰ ਵੀ ਕਿਸੇ ਦਾ ਪਰਸ ਚੋਰੀ ਹੋਇਆ? ਨਾਮ ਤੁਹਾਡਾ? ਮੇਰਾ ਨਾਮ ਭਗਤ ਸਿੰਘ ਹੈ ਜੀ। ਕਿੱਥੋਂ? ਕਰੀਹਾ ਪਿੰਡ ਹੈ ਮੇਰਾ। ਕਰੀਹਾ ਪਿੰਡ। ਆਹ ਮੇਰੇ ਨਾਲ ਬੰਦੇ ਸੀ, ਉਹ ਕੁਦਰਤੀ ਪਹਿਲਾਂ ਕਿੰਨਾ ਚਿਰ ਧੁੱਪੇ ਖੜੇ ਰਹੇ, ਮਜੀਠੀਆ ਸਾਹਿਬ ਨੂੰ ਉਡੀਕਦੇ ਰਹੇ। ਉਸ ਵੇਲੇ ਮੈਂ ਬਾਹਰ ਨੂੰ ਆਇਆ, ਜਦੋਂ ਬੈਗ ਪਰਸ ਮੇਰੇ ਕੋਲ, ਜਦੋਂ ਮਰਜ਼ੀ ਭੀੜ 'ਚ ਹੀ ਹੋਈ, ਉਸੇ ਵੇਲੇ ਪਰਸ ਜਾਣੀ ਨਿਕਲ ਗਿਆ 2 ਮਿੰਟ 'ਚ। ਕਿੰਨੇ ਪੈਸੇ ਨਿਕਲੇ? ਰੌਲਾ ਪਾਇਆ, ਮੇਰੇ ਕਾਗਜ਼ ਜ਼ਿਆਦਾ ਆਇਆ ਜੀ, ਵਿੱਚ ਆਈਡੈਂਟੀ ਕਾਰਡ ਹੈ, 2 ATM ਹੈ। ਪੈਸੇ ਕਿੰਨੇ? ਪੈਸੇ ਮੇਰੇ 2500 ਰੁਪਏ ਜੀ। ਨਾਮ ਕੀ ਤੁਹਾਡਾ? ਭਗਤ ਸਿੰਘ। ਮਿਲਿਆ ਕਿ ਨਹੀਂ ਹਜੇ? ਅਜੇ ਨਹੀਂ ਮਿਲਿਆ ਜੀ ਨਾਮ। ਨਹੀਂ ਮਿਲਿਆ। ਕੀ ਨਾਂ ਤੁਹਾਡਾ? ਕੁਲਵੀਰ ਸਿੰਘ, ਪਿੰਡ ਭੁੱਖੜੀ। ਭੁੱਖੜੀ। ਅੱਜ ਕੀ ਹੋਇਆ? ਅੱਜ ਬਟੂਆ ਇੱਥੋਂ ਜਦੋਂ ਮਜੀਠਾ ਸਾਹਿਬ ਆਏ ਆ, ਅੰਦਰ ਵੜਨ ਲੱਗਿਆ ਅਤੇ ਉਦੋਂ ਹੀ ਪਤਾ ਲੱਗਾ ਜਦੋਂ ਬਟੂਆ ਹੈ ਨਹੀਂ ਸੀ। ਕੀ ਸੀਗਾ ਬਟੂਆ 'ਚ? ਲਾਇਸੈਂਸ ਆ ਅਤੇ ਆਧਾਰ ਕਾਰਡ ਆ ਮੇਰਾ, ਬਾਕੀ 3000 ਦੇ ਗੁਰੂ ਰੁਪਈਏ ਆ। ਮਤਲਬ 3-3000 ਵਾਲੇ ਸਾਰੇ ਫੜੇ ਹੋਣੇ? ਹਾਂਜੀ ਹਾਂਜੀ। ਸਾਡੇ ਵੀ ਆਧਾਰ ਕਾਰਡ ਆ ਜੀ।